ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਰਿਸਰਚ ਇੰਸਟੀਚਿਊਟ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਬਾਰੇ ਗੱਲ ਕਰਾਂਗੇ। ਜੋ ਇਹ ਸਿੱਖ ਰਿਸਰਚ ਇੰਸਟੀਚਿਊਟ ਗੁਰੂ ਗ੍ਰੰਥ ਸਾਹਿਬ 'ਤੇ ਕੰਮ ਕਰ ਰਹੀ ਹੈ, ਇਹ ਬੜਾ ਮਹੱਤਵਪੂਰਨ ਹੈ। ਭਾਵੇਂ ਕਿ ਅਸੀਂ ਸਾਨੂੰ ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਤੇ ਕੰਮ ਕਰਨਾ ਕੋਈ ਬਹੁਤ ਈਜ਼ੀ ਟਾਸਕ ਨਹੀਂ ਹੈਗਾ, ਸਗੋਂ ਇਹ ਬਹੁਤ ਹੀ ਔਖਾ ਕੰਮ ਹੈ। ਪਰੰਤੂ ਜਿਹੜੀ ਸਿੱਖ ਰਿਸਰਚ ਇੰਸਟੀਚਿਊਟ ਦੀ ਸਮੁੱਚੀ ਟੀਮ ਹੈ, ਉਹ ਬੜੀ ਤਨਦੇਹੀ ਦੇ ਨਾਲ, ਬੜੀ ਸ਼ਿੱਦਤ ਦੇ ਨਾਲ ਅਤੇ ਬੜੇ ਸਿਰੜ ਦੇ ਨਾਲ ਬਹੁਤ ਮਹੱਤਵਪੂਰਨ ਉਹਨਾਂ ਨੇ ਕਾਰਜ ਜਿਹੜਾ ਹੈ ਉਹ ਲਿਖਿਆ ਹੈ, ਆਰੰਭਿਆ ਹੈ। ਅਤੇ ਔਰ ਕਈ ਬਾਣੀਆਂ ਦਾ ਹੁਣ ਤੱਕ ਇਹਨਾਂ ਨੇ ਅਨੁਵਾਦ ਕਰਕੇ ਔਨਲਾਈਨ ਵੀ ਉਪਲਬਧ ਕਰਵਾਇਆ ਹੈ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਨਵਤਾ ਦੀ, ਸਮੁੱਚੀ ਮਨੁੱਖਤਾ ਦੀ, ਵਿਸ਼ਵ ਦ੍ਰਿਸ਼ਟੀਕੋਣ ਦੀ, ਤਾਂ ਸਾਨੂੰ ਇੰਝ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਪੂਰੀ ਮਨੁੱਖਤਾ ਵਾਸਤੇ ਹੈ। ਅਤੇ ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਾਂ, ਤਾਂ ਇਹ ਗੱਲ ਮਹੱਤਵਪੂਰਨ ਬਣ ਜਾਂਦੀ ਹੈ ਕਿ ਹਰ ਤਰ੍ਹਾਂ ਦੀ ਭਾਸ਼ਾ ਦੇ ਵਿੱਚ, ਹਰ ਭਾਸ਼ਾ ਦੇ ਵਿੱਚ ਅਤੇ ਹਰ ਕਲਚਰ ਦਾ ਵਿਅਕਤੀ ਜਿਹੜਾ ਹੈ ਉਸਦੇ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਸਮੁੱਚੇ ਤੌਰ 'ਤੇ ਉਪਦੇਸ਼ ਹੈ ਉਹ ਮਨੁੱਖਤਾ ਵਾਸਤੇ ਹੈ, ਨਾ ਕਿ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਜਾਂ ਕਿਸੇ ਹੋਰ ਕਹਿ ਲਓ ਕਿ ਇੱਕ ਕਿਸੇ ਫਿਰਕੇ ਦੇ ਨਾਲ ਜੁੜ ਕੇ ਅਸੀਂ ਜਾਂ ਇੱਕ ਧਰਮ ਦੇ ਨਾਲ ਜੁੜ ਕੇ ਅਸੀਂ ਨਹੀਂ ਦੇਖ ਸਕਦੇ। ਸੋ ਜਿਹੜਾ ਸਿੱਖ ਰਿਸਰਚ ਇੰਸਟੀਚਿਊਟ ਕੰਮ ਕਰ ਰਹੀ ਹੈ ਉਹ ਵਿਆਖਿਆ ਦੇ ਪੱਖ ਤੋਂ ਜਾਂ ਉਹਨੂੰ ਕਹਿ ਲਈਏ ਅਨੁਵਾਦ ਦੇ ਪੱਖ ਤੋਂ, ਭਾਸ਼ਾਈ ਪੱਖ ਤੋਂ, ਵਿਆਕਰਨ ਦੇ ਪੱਖ ਤੋਂ, ਫਿਲਸੋਫੀਕਲ ਆਸਪੈਕਟ ਤੋਂ, ਹਿਸਟੋਰੀਕਲ ਆਸਪੈਕਟ ਤੋਂ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੇਖਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਲਟੀਲਿੰਗੁਅਲ ਹੈ, ਮਲਟੀਕਲਚਰਲ ਹੈ, ਉਹਦੀਆਂ ਬਹੁਤ ਸਾਰੀਆਂ ਡਿਮੈਂਸ਼ਨਸ ਨੇ। ਤਾਂ ਉਹਨਾਂ ਸਾਰੀਆਂ ਡਾਇਮੈਂਸ਼ਨਸ ਨੂੰ ਕਵਰ ਕਰਨ ਵਾਸਤੇ ਸਿੱਖ ਰਿਸਰਚ ਇੰਸਟੀਚਿਊਟ ਦੀ ਜਿਹੜੀ ਸਮੁੱਚੀ ਟੀਮ ਹੈ ਉਹ ਬੜੀ ਹੀ ਸ਼ਿੱਦਤ ਦੇ ਨਾਲ ਇਹ ਕੰਮ ਕਰ ਰਹੀ ਹੈ। ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਕਿ ਪੰਜਾਬੀ ਦੇ ਵਿੱਚ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਕਹਿ ਲਈਏ ਕਿ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਉਹ ਉਪਲਬਧ ਹੁੰਦਾ ਹੈ, ਪਰੰਤੂ ਵਿਆਖਿਆ ਵੀ ਸਾਨੂੰ ਮਿਲ ਜਾਂਦੀ ਹੈ। ਪਰੰਤੂ ਜਦੋਂ ਕੋਈ ਹੋਰ ਲੈਂਗੁਏਜ ਦੇ ਵਿੱਚ ਇਸ ਨੂੰ ਪੜ੍ਹਨਾ ਚਾਹੁੰਦਾ ਹੈ ਜਾਂ ਖਾਸ ਤੌਰ 'ਤੇ ਔਨਲਾਈਨ ਦੇਖਣਾ ਚਾਹੁੰਦਾ ਹੈ ਤਾਂ ਉੱਥੇ ਕਈ ਸਾਈਟਸ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ। ਪਰੰਤੂ ਇਹਦੇ ਬਾਰੇ ਸਮੁੱਚੇ ਤੌਰ 'ਤੇ ਜਦੋਂ ਅਸੀਂ ਵੇਖਦੇ ਹਾਂ ਕਿ ਜਿਹਦੇ ਵਿੱਚ ਹਿਸਟੋਰੀਕਲ ਪੱਖ ਵੀ ਕਵਰ ਕੀਤਾ ਗਿਆ ਹੋਵੇ, ਇਹਦੇ ਵਿੱਚ ਫਿਲੋਸਫੀ ਦੇ ਪੱਖ ਤੋਂ ਵੀ ਗੱਲ ਕੀਤੀ ਗਈ ਹੋਵੇ, ਦਰਸ਼ਨ ਦੇ ਪੱਖ ਤੋਂ ਗੱਲ ਕੀਤੀ ਗਈ ਹੋਵੇ, ਕਾਵਿਕ ਪੱਖ ਤੋਂ ਖਾਸ ਤੌਰ 'ਤੇ ਗੱਲ ਕੀਤੀ ਗਈ ਹੋਵੇ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਇਲਮ ਹੈ ਕਿ ਬਾਣੀ ਜਿਹੜੀ ਉਹ ਰਾਗਾਤਮਕ ਹੈ, ਉਹਦਾ ਗਾਇਨ ਕੀਤਾ ਜਾਂਦਾ ਹੈ। ਅਤੇ ਜਦੋਂ ਅਸੀਂ ਗਾਇਨ ਦੀ, ਇੱਕ ਪਾਸੇ ਸਾਡੇ ਕੋਲ ਵਿਆਕਰਨ ਹੈ, ਇੱਕ ਪਾਸੇ ਗਾਇਨ ਸ਼ੈਲੀ ਹੈ, ਤਾਂ ਇਸ ਵਿਆਕਰਨ ਤੌਰ, ਵਿਆਕਰਨਿਕ ਤੌਰ 'ਤੇ ਅਤੇ ਗਾਇਨ ਦੇ ਪੱਖ ਤੋਂ ਜਦੋਂ ਅਸੀਂ ਵੇਖਦੇ, ਸੰਗੀਤਕ ਪੱਖ ਤੋਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਹਾਂ ਤਾਂ ਇੱਥੇ ਇਹ ਗੱਲ ਦਾ ਵਿਸ਼ੇਸ਼ ਮਹੱਤਵ ਇਹ ਵੀ ਬਣ ਜਾਂਦਾ ਹੈ ਕਿ ਉਹਨਾਂ ਨੂੰ ਕਾਵਿਕ ਪੱਖ ਤੋਂ ਵੀ ਵੇਖਿਆ ਜਾਵੇ ਅਤੇ ਵਿਆਕਰਨਿਕ ਪੱਖ ਤੋਂ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੇਖਿਆ ਜਾਵੇ। ਸੋ ਇਸ ਪੱਖ ਤੋਂ ਸਿੱਖ ਰਿਸਰਚ ਇੰਸਟੀਚਿਊਟ ਜਿਹੜੀ ਹੈ ਬਹੁਤ ਮਹੱਤਵਪੂਰਨ ਉਪਰਾਲਾ ਜਿਹੜਾ ਕਰ ਰਹੀ ਹੈ ਕਿ ਉਹਨਾਂ ਨੇ ਵੱਖ ਵੱਖ ਭਾਸ਼ਾਵਾਂ ਦੇ ਅਤੇ ਵੱਖ ਵੱਖ ਡਿਸਿਪਲਿਨਸ ਦੇ ਵਿਦਵਾਨ ਜਿਹੜੇ ਨੇ ਆਪਣੇ ਨਾਲ ਜੁੜੇ ਹੋਏ ਨੇ। ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਿਸਟੋਰੀਕਲ ਪੱਖ ਤੋਂ ਵੇਖਣਾ ਹੈ ਤਾਂ ਸਾਨੂੰ ਹਿਸਟਰੀ ਦੇ ਵਿਦਵਾਨ ਜਿਹੜੇ ਨੇ ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਜੇ ਫਿਲਸੋਫੀਕਲ ਪੱਖ ਤੋਂ ਜਾਣਨਾ ਹੈ ਤਾਂ ਦਰਸ਼ਨ ਨਾਲ ਜੁੜੇ ਹੋਏ ਵਿਦਵਾਨ ਜਿਹੜੇ ਨੇ ਉਹ ਸਮੇਂ ਸਮੇਂ 'ਤੇ ਇਹਨਾਂ ਦੇ ਨਾਲ ਜਿੰਨਾ ਦਰਸ਼ ਬਾਣੀ ਦਾ ਜੋ ਦਰਸ਼ਨ ਹੈ
ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸੰਗੀਤਕ ਪੱਖ ਤੋਂ ਬਹੁਤ ਮਹੱਤਵ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਰਾਗ ਆਤਮਕ ਬਾਣੀ ਨੂੰ ਰਾਗ ਆਤਮਕ ਨਜ਼ਰੀਏ ਤੋਂ ਨਹੀਂ ਵੇਖਦੇ, ਉਨੀ ਦੇਰ ਤੱਕ ਉਹਦੀ ਸਹੀ ਵਿਆਖਿਆ ਜਾਂ ਅਨੁਵਾਦ ਅਸੀਂ ਨਹੀਂ ਕਰ ਸਕਦੇ। ਸੋ ਇਹ ਜਿਹੜੀਆਂ ਇਹ ਜੋ ਸਿੱਖ ਰਿਸਰਚ ਇੰਸਟੀਚਿਊਟ ਹੈ ਇਹ ਬਹੁਤ ਹੀ ਮਹੱਤਵਪੂਰਨ ਗੱਲ ਜਿਹੜੀ ਹੈ ਕੰਮ ਜਿਹੜਾ ਹੈ ਇਸ ਪੱਖ ਤੋਂ ਕਰ ਰਹੀ ਹੈ। ਸੋ ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਔਨਲਾਈਨ ਕਿਸੇ ਵੀ ਮੁਲਕ ਵਿੱਚ ਕਿਸੇ ਵੀ ਜਗ੍ਹਾ 'ਤੇ ਬੈਠੇ ਹੋਏ ਬਛਿੰਦੇ ਨੇ ਸਮਝਣਾ ਹੈ, ਪੜ੍ਹਨਾ ਹੈ, ਵਿਆਖਿਆ ਜਿਹੜੀ ਹੈ ਉਹ ਵਿਆਖਿਆ ਸਮੇਤ ਪੜ੍ਹਨਾ ਹੈ ਜਾਂ ਵੱਖ ਵੱਖ ਬਾਣੀਆਂ ਨੂੰ ਪੜ੍ਹਨਾ ਹੈ, ਤਾਂ ਇਹ ਜੋ ਸਿੱਖ ਰਿਸਰਚ ਇੰਸਟੀਚਿਊਟ ਕੰਮ ਕਰ ਰਹੀ ਹੈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸਮੇਂ 'ਤੇ ਜਿਹਨਾਂ ਜਿਹਨਾਂ ਬਾਣੀਆਂ ਦਾ ਅਨੁਵਾਦ ਵਿਆਖਿਆ ਔਰ ਉਹਨਾਂ ਦੇ ਵੱਖ ਵੱਖ ਪੱਖਾਂ ਤੋਂ ਜਿੰਨਾ ਵੀ ਕੰਮ ਸਿੱਖ ਰਿਸਰਚ ਇੰਸਟੀਚਿਊਟ ਕਰ ਰਹੀ ਹੈ ਉਹ ਸਮੇਂ 'ਤੇ ਔਨਲਾਈਨ ਜਿਹੜਾ ਉਪਲਬਧ ਕਰਵਾ ਦਿੱਤਾ ਜਾਂਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਮੁੱਲਵਾਨ ਅਤੇ ਮਹੱਤਵਪੂਰਨ ਕੰਮ ਹੈ ਅਤੇ ਭਵਿੱਖ ਵਿੱਚ ਬਹੁਤ ਸਾਰੀਆਂ ਆਸਾਂ ਨੇ ਇਸ ਇੰਸਟੀਚਿਊਟ ਤੋਂ ਸਾਨੂੰ ਔਰ ਇਸ ਤੋਂ ਵੱਖ ਵੱਖ ਮੁਲਕਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਨੇ ਉਲਾਹਾ ਲੈ ਸਕਦੇ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।